ਸੈਨਾਪਤੀ ਦੀ ਅਗਨੀਪਥ ਯੋਜਨਾ ਦੇ ਖਿਲਾਫ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਸੁਰੱਖਿਆ ਦੇ ਕੜੇ ਇੰਤਜ਼ਾਮ ਵੀ ਕੀਤੇ ਗਏ ਨੇ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ADGP ਲਾਅ ਐਂਡ ਆਰਡਰ ਦੇ ਵੱਲੋਂ ਹਾਈ ਅਲਰਟ ਤੇ ਪ੍ਰਸ਼ਾਸਨ ਨੂੰ ਰੱਖਿਆ ਗਿਆ। ਦੱਸਦੇ ਕਿ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਗਏ ਨੇ। ਜੋ ਸੂਬੇ ਦੇ ਵਿੱਚ ਜਿਹੜੇ ਸੈਨਾ ਦੇ ਭਰਤੀ ਸੈਂਟਰਸ ਨੇ ਤੇ ਇਸ ਤੋਂ ਇਲਾਵਾ ਜੋ BJP ਦੇ ਦਫ਼ਤਰ ਨੇ ਉੱਥੇ ਕੜੀ ਸੁਰੱਖਿਆ ਕੀਤੀ ਗਈ ਹੈ। ਜੇਕਰ ਲੁਧਿਆਣਾ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸਨੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਕਿਉਂਕਿ ਬੀਤੀ ਜੋ 20 ਤਰੀਕ ਨੂੰ ਜੋ ਪ੍ਰਦਰਸ਼ਨ ਹੋਇਆ ਸੀ ਉੱਥੇ ਤੇ ਰੇਲਵੇ ਸਟੇਸ਼ਨ ਤੇ ਕਾਫੀ ਤੋੜ ਭੰਨ ਵੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਜ਼ਿਆਦਾ ਸੁਰੱਖਿਆ ਕੜੀ ਕੀਤੀ ਗਈ। ਲੁਧਿਆਣਾ ਸ਼ਹਿਰ ਦੇ ਵਿੱਚ 3,000 ਦੇ ਕਰੀਬ ਫੋਰਸ ਦੀ ਤੈਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜੋ ਸੂਬੇ ਦੇ ਵਿੱਚ ਹੋਰ ਸਰਕਾਰੀ ਇਮਾਰਤਾਂ ਨੇ ਜਿਵੇਂ ਕਿ ਸਾਰੇ ਭਰਤੀ ਕੇਂਦਰ ਅਤੇ ਹੋਰ ਕੈਂਟੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਭਾਜਪਾ ਦਫ਼ਤਰਾਂ ਦੇ ਬਾਹਰ। ਅਤੇ ਉਸ ਤੋਂ ਇਲਾਵਾ ਜੋ ਸੈਂਟਰ ਦੇ ਨਾਲ ਸੰਬੰਧਿਤ ਦਫ਼ਤਰ ਨੇ ਉੱਥੇ ਵੀ ਟਾਈਟ ਸਿਕਿਉਰਿਟੀ ਰਹੇਗੀ। ADGP ਲਾਅ ਐਂਡ ਆਰਡਰ ਨੇ ਤੋੜਫੋੜ ਕਰਨ ਵਾਲਿਆਂ ਨਾਲ ਸਖਤੀ ਦੇ ਨਾਲ ਨਿਪਟਣ ਦੇ ਆਦੇਸ਼ ਵੀ ਦਿੱਤੇ ਨੇ। ਇਸ ਤੋਂ ਇਲਾਵਾ ਜਿਨ੍ਹਾਂ ਥਾਵਾਂ 'ਤੇ ਪ੍ਰਦਰਸ਼ਨ ਹੋਣਗੇ ਉੱਥੇ ਡਿਊਟੀ ਮੈਜਿਸਟਰੇਟ ਦੀ ਤੈਨਾਤੀ ਵੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ। ਇਸ ਤੋਂ ਇਲਾਵਾ ਜੋ ਪ੍ਰਦਰਸ਼ਨ ਹੋਣਗੇ ਜਾਂ ਫਿਰ ਜਿੱਥੇ ਵੀ ਕਿਤੇ ਵੀ ਉਪਦਰਵ ਮਚਾਇਆ ਜਾਏਗਾ ਉਸਦੀ ਪੂਰੀ ਵੀਡੀਓਗ੍ਰਾਫੀ ਕਰਨ ਦੇ ਵੀ ਆਦੇਸ਼ ਦਿੱਤੇ ਗਏ ਨੇ। ਸੋ ਡਿਊਟੀ ਮੈਜਿਸਟਰੇਟ ਤੈਨਾਤ ਰਹਿਣਗੇ ਪ੍ਰਦਰਸ਼ਨ ਵਾਲੀ ਥਾਵਾਂ 'ਤੇ। ਪੰਜਾਬ ਪੁਲਿਸ ਦੇ ਨਾਲ ਨਾਲ CRPF ਨੂੰ CAPF ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਕੇਂਦਰੀ ਸੁਰੱਖਿਆ ਬਲਾਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਸੋਸ਼ਲ ਮੀਡੀਆ ਜੋ ਅਕਾਊਂਟਸ ਨੇ ਉਹਨਾਂ 'ਤੇ ਵੀ ਖਾਸ ਤੌਰ 'ਤੇ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ 'ਤੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਤੋੜ ਭੰਨ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਸੀ ਕਿ ਸੋਸ਼ਲ ਮੀਡੀਆ 'ਤੇ ਕੁਝ ਵਟਸਐਪ ਗਰੁੱਪਸ ਜੋ ਬਣੇ ਹੋਏ ਨੇ ਉਹਨਾਂ ਦੇ ਵੱਲੋਂ ਇੱਕ ਪਲੈਨਡ ਤਰੀਕੇ ਦੇ ਨਾਲ ਉੱਥੇ ਤੋੜ ਭੰਨ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਕੁਝ ਵਿਦੇਸ਼ੀ ਨੰਬਰ ਅਤੇ ਜੋ ਗਰੁੱਪਸ ਉੱਥੇ ਸੀਗੇ ਵਟਸਐਪ ਗਰੁੱਪਸ ਉਹਨਾਂ 'ਤੇ ਖਾਸ ਨਜ਼ਰ ਰੱਖੀ ਗਈ ਅਤੇ ਉਹਨਾਂ ਦੇ ਚੈਟਸ ਨੂੰ ਜਦੋਂ ਰੀਡ ਕੀਤਾ ਗਿਆ ਅਤੇ ਉਸ ਤੋਂ ਇਹ ਖੁਲਾਸਾ ਹੋਇਆ ਕਿ ਇਹ ਸਾਰਾ ਕੁਝ ਪਲੈਨਡ ਸੀ, ਜਿਸ ਤੋਂ ਬਾਅਦ ਹੁਣ ਖਾਸ ਤੌਰ 'ਤੇ ਅਹਿਤਿਆਤ ਵੀ ਵਰਤੀ ਜਾ ਰਹੀ ਹੈ। ਪੂਰੇ ਸੂਬੇ ਦੇ ਵਿੱਚ ਹਾਈ ਅਲਰਟ 'ਤੇ ਪੁਲਿਸ ਪ੍ਰਸ਼ਾਸਨ ਨੂੰ ਰੱਖਿਆ ਗਿਆ, CRPF ਨੂੰ ਵੀ ਅਲਰਟ 'ਤੇ ਰੱਖਿਆ ਗਿਆ। ਇਸ ਤੋਂ ਇਲਾਵਾ ਜੋ ਥਾਣਿਆਂ ਦੇ ਵਿੱਚ ਜੋ ਅਫਸਰ ਤੈਨਾਤ ਨੇ ਉਹਨਾਂ ਨੂੰ ਵੀ ਫੀਲਡ ਦੇ ਵਿੱਚ ਆਉਣ ਦੇ ਲਈ ਕਹਿ ਦਿੱਤਾ ਗਿਆ। ਸੋ ਅਗਨੀਪਥ ਯੋਜਨਾ ਦੇ ਖਿਲਾਫ਼ ਅੱਜ ਪੂਰੇ ਭਾਰਤ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ ਵੀ ਹਾਈ ਅਲਰਟ 'ਤੇ ਰੱਖਿਆ ਗਿਆ। ADGP ਲਾਅ ਐਂਡ ਆਰਡਰ ਦੇ ਵੱਲੋਂ ਇਹ ਆਦੇਸ਼ ਬੀਤੀ ਰਾਤ ਹੀ ਜਾਰੀ ਕਰ ਦਿੱਤੇ ਗਏ ਸੀ। ਸੋ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ, ਕਿਸੇ ਵੀ ਤਰੀਕੇ ਦੀ ਕੁਤਾਹੀ ਨਾ ਵਰਤਣ ਦੇ ਆਦੇਸ਼ ਦਿੱਤੇ ਗਏ ਨੇ। ਇਸ ਤੋਂ ਇਲਾਵਾ ਜੇਕਰ ਕੋਈ ਤੋੜ ਭੰਨ ਕਰਦਾ ਹੈ ਪ੍ਰਦਰਸ਼ਨ ਦੇ ਦੌਰਾਨ ਤਾਂ ਉਸਦੇ ਨਾਲ ਸਖਤੀ ਨਾਲ ਨਿਪਟਣ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਅਗਨੀਪਥ ਦੇ ਵਿਰੋਧ ਦੇ ਲਈ ਸੋਸ਼ਲ ਮੀਡੀਆ ਗਰੁੱਪ ਦੇ ਜ਼ਰੀਏ ਵੀ ਨੌਜਵਾਨਾਂ ਨੂੰ ਉਕਸਾਇਆ ਜਾ ਰਿਹਾ ਅਤੇ ਇਸ ਕਰਕੇ ਖਾਸ ਤੌਰ 'ਤੇ ਸੋਸ਼ਲ ਮੀਡੀਆ ਸੈੱਲ ਨੂੰ ਵੀ ਐਕਟਿਵ ਕਰ ਦਿੱਤਾ ਗਿਆ ਅਤੇ ਪੁਲਿਸ ਦੀ ਪੈਨੀ ਨਜ਼ਰ ਰਹੇਗੀ ਇਹਨਾਂ ਗਰੁੱਪਸ ਦੇ ਵਿੱਚ। ਅਤੇ ਇਸ ਤੋਂ ਇਲਾਵਾ ਕੁਝ ਸੰਗਠਨ ਇਹ ਵੀ ਗੱਲ ਸਾਹਮਣੇ ਆਈ ਕਿ ਆਪਣੇ ਹਿੱਤਾਂ ਦੇ ਲਈ ਇਸ ਪ੍ਰਦਰਸ਼ਨ ਨੂੰ ਸਪੋਰਟ ਕਰ ਰਹੇ ਨੇ ਅਤੇ ਲੋਕਲ ਪੁਲਿਸ ਨੂੰ ਇਹਨਾਂ 'ਤੇ ਨਜ਼ਰ ਰੱਖਣ ਦੇ ਲਈ ਵੀ ਕਿਹਾ ਗਿਆ ਅਤੇ ਇਲਾਕੇ ਵਿੱਚ ਸ਼ਾਂਤੀ ਕਾਇਮ ਰੱਖਣ ਦੇ ਲਈ ਵੀ ਇਹਨਾਂ 'ਤੇ ਨਜ਼ਰ ਰੱਖਣ ਦੇ ਲਈ ਕਿਹਾ ਗਿਆ। ਸੋ ਜੋ ਸੂਬੇ ਦੇ ਵਿੱਚ ਆਰਮੀ ਦੇ ਭਰਤੀ ਸੈਂਟਰਸ ਨੇ, ਜੋ BJP ਦੇ ਦਫ਼ਤਰ ਨੇ, ਇਸ ਤੋਂ ਇਲਾਵਾ ਜੋ ਸੈਂਟਰ ਆਫਿਸਿਸ ਨੇ ਉਹਨਾਂ ਇਮਾਰਤਾਂ ਦੀ ਖਾਸ ਤੌਰ 'ਤੇ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਗਿਆ। ਅਗਨੀਪਥ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਦਾ ਲਗਾਤਾਰ ਵਿਰੋਧ ਹੋ ਰਿਹਾ ਅਤੇ ਇਸ ਦੇ ਲਈ ਪੰਜਾਬ ਦੇ ਵਿੱਚ ਜੋ ਕੇਂਦਰ ਸਰਕਾਰ ਦੇ ਨਾਲ ਜੁੜੇ ਹੋਏ ਦਫ਼ਤਰਾਂ ਵਾਲੀ ਇਮਾਰਤਾਂ ਨੇ ਉਹਨਾਂ ਦੀ ਸੁਰੱਖਿਆ ਵੀ ਕੜੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੇਲਵੇ ਦੀ ਪ੍ਰਾਪਰਟੀ ਅਤੇ ਸਟੇਸ਼ਨ ਆਦਿ ਦੀ ਸੁਰੱਖਿਆ ਨੂੰ ਕੜੀ ਕਰਨ ਦੇ ਲਈ ਕਿਹਾ ਗਿਆ। ਪੰਜਾਬ ਪੁਲਿਸ ਨੂੰ GRP ਅਤੇ RPF ਦੇ ਨਾਲ ਤਾਲਮੇਲ ਕਾਇਮ ਰੱਖਣ ਲਈ ਵੀ ਕਿਹਾ ਗਿਆ। ਸੋ ਪੰਜਾਬ ਪੁਲਿਸ ਨੇ ਆਰਮੀ ਭਰਤੀ ਸੈਂਟਰ ਅਤੇ ਸੈਨਾ ਦੇ ਨਾਲ ਜੁੜੇ ਹੋਏ ਦੂਜੇ ਜੋ ਸੰਸਥਾਨ ਨੇ ਉਹਨਾਂ ਦੇ ਸੁਰੱਖਿਆ ਨੂੰ ਖਤਰਾ ਦੱਸਿਆ, ਜਿਸ ਨੂੰ ਲੈ ਕੇ ਉੱਥੇ ਸਖਤ ਸੁਰੱਖਿਆ ਸਿਕਿਉਰਿਟੀ ਟਾਈਟ ਕਰ ਦਿੱਤੀ ਗਈ ਹੈ ਅਤੇ ਆਰਮੀ ਅਥਾਰਟੀਜ਼ ਦੇ ਨਾਲ ਵੀ ਤਾਲਮੇਲ ਲਗਾਤਾਰ ਸਥਾਪਿਤ ਕੀਤਾ ਜਾ ਰਿਹਾ ਹੈ। ਸੋ ਪੰਜਾਬ ਦੇ ਵਿੱਚ ਹਾਈ ਅਲਰਟ ਹੈ। ਅਗਨੀਪਥ ਜੋ ਸਕੀਮ ਹੈ ਸੈਨਾ ਦੀ ਭਰਤੀ ਦੀ, ਉਸ ਨੂੰ ਲੈ ਕੇ ਪੂਰੇ ਭਾਰਤ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ, ਪਰ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਗਏ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਥਾਂ ਥਾਂ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਹੈ, ਹਰ ਆਉਣ ਜਾਣ ਵਾਲੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਜੋ ਪ੍ਰਦਰਸ਼ਨਕਾਰੀ ਨੇ ਖਾਸ ਤੌਰ 'ਤੇ ਉਹਨਾਂ 'ਤੇ ਵੀ ਨਜ਼ਰ ਰੱਖੀ ਜਾਏਗੀ। ਇਸ ਤੋਂ ਇਲਾਵਾ ਪ੍ਰਦਰਸ਼ਨ ਵਾਲੀ ਥਾਂ 'ਤੇ ਡਿਊਟੀ ਮੈਜਿਸਟਰੇਟ ਦੀ ਤੈਨਾਤੀ ਕੀਤੀ ਜਾਏਗੀ। ਇਸ ਤੋਂ ਇਲਾਵਾ ਜੋ ਪ੍ਰਦਰਸ਼ਨ ਹੋਣਗੇ ਉੱਥੇ ਉਸਦੀ ਵੀਡੀਓਗ੍ਰਾਫੀ ਨੂੰ ਵੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ। ਸੋ ਉਹਨਾਂ ਦੀ ਵੀਡੀਓਗ੍ਰਾਫੀ ਵੀ ਹੋਵੇਗੀ। ਸੋ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਅਤੇ ਇਸ ਕਰਕੇ ਕਿਸੇ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਦੇ ਲਈ ਵਾਧੂ ਫੋਰਸ ਵੀ ਤੈਨਾਤ ਕੀਤੀ ਗਈ ਹੈ। Thank you.
बाबा यामीन बंगाली पंजाब दे नंबर एक तांत्रिक गोल्ड मेडलिस्ट बंगाल तो सिद्धि प्राप्त पक्का कम पक्का हल 101% गारंटी अष्टाम पेपर समेत सब तो पहला कम करन दा वादा नौकरी प्रमोशन कारोबार च परेशानी घर च झगड़ा बरकत औलाद कहने तो बार होना कोर्ट केस तलाक प्रॉपर्टी डिस्प्यूट गुप्त रोग पुराना दर्द पति पत्नी चनबन जादू टोना मनमोहनी वशीकरण करवाना जा तुड़वाना सौतन दुश्मन तो छुटकारा सदा लई रुसे नु मनाउणा प्यार मोहब्बत संपर्क करो बाबा यामीन बंगाली 96435032321।